ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਹੈ। ਕੰਗਨਾ ਰਣੌਤ ਨੂੰ ਲੈ ਕੇ ਬਿਆਨ ਦਿੱਤਾ ਜੋ ਉਹਨਾਂ ਨੇ, ਕਿਉਂਕਿ ਪੱਤਰਕਾਰਾਂ ਨੇ ਸਵਾਲ ਉਹਨਾਂ ਨੂੰ ਪੁੱਛਿਆ ਸੀ। ਕੰਗਨਾ ਰਣੌਤ ਨੇ ਪਿਛਲੇ ਦਿਨੀ ਜੋ ਬਿਆਨਬਾਜ਼ੀਆਂ ਕੀਤੀਆਂ ਕਿਸਾਨ ਅੰਦੋਲਨ ਨੂੰ ਲੈ ਕੇ, ਕੰਗਨਾ ਰਣੌਤ ਵਿਵਾਦਿਤ ਬਿਆਨ ਸੀਗਾ ਜਿਹੜਾ, ਉਸ ਨੂੰ ਲੈ ਕੇ ਸੁਰਖੀਆਂ 'ਚ ਰਹੀ, ਕਿਉਂਕਿ ਕੰਗਨਾ ਰਣੌਤ ਨੇ ਬਿਆਨ ਦਿੱਤਾ ਸੀ ਕਿ ਕਿਸਾਨ ਅੰਦੋਲਨ ਜੋ ਹੋਇਆ ਉਸ ਦੌਰਾਨ ਕਾਫੀ ਰੇਪ ਦੀਆਂ ਘਟਨਾਵਾਂ ਹੋਈਆਂ, ਔਰ ਜੇ ਬੀਜੇਪੀ ਦੀ ਸਰਕਾਰ ਨਾ ਹੁੰਦੀ ਤਾਂ ਬੰਗਲਾਦੇਸ਼ ਵਾਲੇ ਹਾਲਾਤ ਹੋ ਜਾਣੇ ਸੀ। ਇਹ ਬਿਆਨ ਸੀਗਾ ਕੰਗਨਾ ਦਾ, ਔਰ ਉਹਦੇ 'ਤੇ ਪੱਤਰਕਾਰਾਂ ਨੇ ਰਿਐਕਸ਼ਨ ਪੁੱਛਿਆ ਸਾਬਕਾ ਐਮ ਪੀ ਸਿਮਰਨਜੀਤ ਸਿੰਘ ਮਾਨ ਹੋਣਾ ਤੋਂ, ਤਾਂ ਉਹਨਾਂ ਨੇ ਕਿਹਾ ਕਿ ਕੰਗਨਾ ਰਣੌਤ ਹੋਣਾ ਨੂੰ ਤਜ਼ਰਬਾ ਹੋਣਾ ਰੇਪ ਦਾ, ਤਾਂ ਇਹ ਬਿਆਨ ਕਿੱਥੋਂ ਆਇਆ, ਕਿਵੇਂ ਆਇਆ, ਇਸ ਮਸਲੇ 'ਤੇ ਗੱਲਬਾਤ ਕਰਦੇ ਹਾਂ। ਪ੍ਰੋ ਪੰਜਾਬ ਟੀਵੀ 'ਤੇ ਜੁੜੇ ਹੋਏ ਨੇ ਸਾਬਕਾ ਐਮ ਪੀ ਸਿਮਰਨਜੀਤ ਸਿੰਘ ਮਾਨ। ਮਾਨ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ 'ਤੇ। ਮਿਹਰਬਾਨੀ ਜੀ, ਥੈਂਕ ਯੂ। ਮਾਨ ਸਾਹਿਬ, ਇੱਕ ਬਿਆਨ ਜਿਹੜਾ ਦਿੱਤਾ ਹੈ ਇਹਦੇ 'ਤੇ ਬਹੁਤ ਕੰਟਰੋਵਰਸੀ ਛਿੜੀ ਹੋਈ ਹੈ, ਜਿਹੜਾ ਵਿਵਾਦਿਤ ਬਿਆਨ, ਕਿਉਂਕਿ ਕਿਹਾ ਜਾ ਰਿਹਾ ਕਿ ਕੰਗਨਾ ਰਣੌਤ ਬਾਰੇ ਤੁਸੀਂ ਜਿਹੜਾ ਬਿਆਨ ਦਿੱਤਾ, ਕਿਉਂਕਿ ਖਾਸ ਤੌਰ 'ਤੇ ਪੱਤਰਕਾਰਾਂ ਨੇ ਜਦੋਂ ਸਵਾਲ ਪੁੱਛਿਆ ਤੁਹਾਡੇ ਤੋਂ ਤਾਂ ਤੁਸੀਂ ਉਹਦੇ 'ਤੇ ਕੁਝ ਹੋਰ ਹੀ ਬੋਲ ਦਿੱਤਾ, ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਇਸ ਬਿਆਨ ਬਾਰੇ? ਹੋਰ ਕਿਹੜੇ ਬੋਲੇ ਜੀ, ਉਹ ਬੀਬੀ ਜੀ ਕਹਿੰਦੇ ਆ ਕਿ ਇਹ ਕਿਸਾਨ ਰੇਪ ਕਰ ਰਹੇ ਹੈ। ਕੋਈ ਰੇਪ ਦੀ ਰਿਪੋਰਟ ਅਖਬਾਰਾਂ 'ਚ ਨਹੀਂ ਛਪੀ ਹੈਗੀ, ਕੋਈ ਕੁਛ ਨਹੀਂ। ਉਹ ਇਹ ਸ਼ਾਸਤਰੀ ਜਿਹੜੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਕਿਹਾ ਜੈ ਜਵਾਨ ਜੈ ਕਿਸਾਨ, ਤੇ ਇਹਨਾਂ ਦੀ ਤਾਂ ਇਹ ਕਦਰ ਕਰਨੀ ਚਾਹੀਦੀ ਹੈ। ਤੇ ਇਹਨਾਂ ਨੂੰ ਕਿੰਨੇ ਮਹੀਨੇ ਹੋ ਗਏ ਡੱਕ ਕੇ ਬਾਰਡਰਾਂ ਦੇ ਉੱਤੇ, ਬੀਜੇਪੀ ਆਰ ਐਸ ਐਸ ਨੇ ਰੱਖਿਆ ਹੈਗਾ, ਤੇ ਉੱਥੇ ਤਾਂ ਬੀਬੀਆਂ ਹੈ ਨੀ, ਪਰ ਉਸਦੇ ਬਾਵਜੂਦ ਵੀ ਕਿਸਾਨਾਂ ਨੇ ਆਪਣੀ ਡਿਊਟੀ ਕਰ ਲਈ ਹੈ, ਸਾਰਾ ਝੋਨਾ ਬੀਜਿਆ ਹੈ, ਤਾਂ ਫੇਰ ਉੱਥੇ ਧਰਨੇ ਦੇ ਵਿੱਚ ਬੈਠੇ ਹੈਗੇ ਆ, ਕਿਹੜੇ ਵੇਲੇ ਉਹਨਾਂ ਨੇ ਰੇਪ ਕੀਤਾ ਹੈਗਾ, ਤੇ ਇਹ ਬੀਬੀ ਨੂੰ ਕਿਹੋ ਜਿਹੀਆਂ ਗੱਲਾਂ ਸੁੱਟਦੀਆਂ? ਜੇ ਇਹਨੂੰ ਤਜਰਬਾ ਹੈ ਤਾਂ ਹੀ ਐਮ ਪੀ ਬਣੀ ਹੈ, ਤੇ ਤਾਂ ਹੀ ਇਹਨੂੰ ਪਤਾ ਕਿ ਇਹ ਰੇਪ ਹੋ ਰਹੇ ਹੈ। ਇਹ ਦੱਸੇ ਤਾਂ ਸਹੀ ਨਾ ਕਿੱਥੇ ਹੋ ਰਹੇ ਆ ਰੇਪ। ਇਹ ਤਾਂ ਐਵੇਂ, ਇਹ ਜਿਹੜਾ ਇੰਡੀਆ ਦਾ ਮੀਡੀਆ ਹੈਗਾ ਇਹ ਵਿਹਲਾ ਫਿਰਦਾ ਹੈ, ਤੇ ਇਹਨੂੰ ਕੋਈ ਪਤਾ ਨਹੀਂ ਹੈ, ਸੁਤਾ ਨਹੀਂ ਹੈ, ਤੇ ਇਹ ਉਹਦਾ ਮੂੰਹ ਤਾਂ ਬੰਦ ਕਰਾਏ। ਕਦੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਖਿਲਾਫ਼ ਬੋਲਦੀ ਹੈ, ਕਦੇ ਸਿੱਖਾਂ ਦੇ ਖਿਲਾਫ਼ ਬੋਲਦੀ ਹੈ, ਕਦੇ ਕਿਸਾਨਾਂ ਦੇ ਖਿਲਾਫ਼ ਬੋਲਦੀ ਹੈ। ਇਹ ਤੇ ਤੁਹਾਨੂੰ ਪਤਾ ਹੋਊਗਾ ਕਿ ਪਿਛਲੇ 2 ਦਿਨਾਂ ਦੇ ਵਿੱਚ ਬੀਜੇਪੀ ਨੇ ਵੀ ਇਸ ਨੂੰ ਬੜੀ ਝਾੜ ਪਾਈ ਹੈ, ਤੇ ਟੋਕਿਆ ਕਿ ਤੂੰ ਫਜ਼ੂਲ ਗੱਲਾਂ ਨਾ ਕਰਿਆ ਕਰ। ਤੇ ਜੇ ਮੈਨੂੰ ਪੁੱਛ ਲੇ ਕਿਸਾਨ ਜਿਹੜੇ ਮੈਂ ਵੀ ਹੈਗਾ, ਤੇ ਇਹ ਕਿਹੜੀ ਰੇਪ ਕੀਤੇ ਅਸੀਂ, ਜੇ ਇਹਨੂੰ ਤਜਰਬਾ ਹੈ ਤੇ ਇਹ ਦੱਸ ਦੇਵੇ। ਮੈਂ ਤਾਂ ਇਹੀ ਕਿਹਾ ਕਿ ਇਹਨੂੰ ਤਜਰਬਾ ਬਹੁਤ ਹੈ, ਇਹ ਦੱਸੇ ਕਿੱਥੇ ਕਿੱਥੇ ਰੇਪ ਹੋਏ ਆ ਤੇ ਕਿਵੇਂ ਹੋਏ ਆ ਰੇਪ। ਇਸੇ ਚੀਜ਼ 'ਤੇ ਮਹਿਲਾ ਕਮਿਸ਼ਨ ਦਾ ਵੀ ਬਿਆਨ ਆ ਗਿਆ, ਉਹ ਕਹਿੰਦੇ ਕਿ ਕਿਹੜੀ ਗੱਲ ਦਾ ਤਜ਼ਰਬਾ ਮਾਨ ਸਾਹਿਬ ਕਹਿ ਰਹੇ ਨੇ। ਮਾਨ ਸਾਹਿਬ, ਇਹ ਇਸੇ ਚੀਜ਼ ਦੇ ਵਿੱਚ ਹੀ ਕਨਫਿਊਜ਼ਨ ਕ੍ਰੀਏਟ ਹੋਈ ਜਿਹੜਾ ਤੁਸੀਂ ਬਿਆਨ ਦਿੱਤਾ, ਕਿ ਕਿਹੜੀ ਗੱਲ ਦਾ ਤਜਰਬਾ, ਤੁਸੀਂ ਸਾਈਕਲ ਦਾ ਐਗਜ਼ਾਮਪਲ ਵੀ ਦਿੱਤਾ। ਹਾਂ, ਜੇ ਸਾਈਕਲ ਵਾਲਾ ਕੋਈ ਚਲਾਉਂਦਾ ਉਹਨੂੰ ਤਜਰਬਾ ਹੁੰਦਾ ਸਾਈਕਲ ਚਲਾਉਣ ਦਾ, ਜੇ ਕੋਈ ਰੇਪ ਦੀਆਂ ਗੱਲਾਂ ਦੁਬਾਰਾ ਦੁਬਾਰਾ ਕਰਦਾ ਉਹਨੂੰ ਰੇਪ ਦਾ ਤਜਰਬਾ ਹੁੰਦਾ। ਮੈਂ ਇਹੀ ਪੁੱਛਿਆ ਕਿ ਇਹਨੂੰ ਤਜਰਬਾ ਹੋਣਾ, ਇਹ ਦੱਸੇ ਆਪਣੇ ਤਜਰਬੇ ਤੋਂ, ਇਹੀ ਪੁੱਛੇ। ਕਿਉਂਕਿ ਇਸੇ 'ਤੇ ਹੀ ਕੰਟਰੋਵਰਸੀ ਛਿੜੀ ਹੋਈ ਹੈ, ਤੁਸੀਂ ਦੇਖਿਆ ਹੋਊਗਾ, ਤੁਹਾਨੂੰ ਫੋਨ ਵੀ ਸ਼ਾਇਦ ਹੋ ਸਕਦਾ ਆਇਆ ਹੋਵੇ ਜਾਂ ਨਾ ਆਇਆ ਹੋਵੇ, ਪਰ ਇਸੇ ਚੀਜ਼ 'ਤੇ ਚਰਚਾ ਹੋ ਰਹੀ ਹੈ ਪੰਜਾਬ ਦੇ ਮੀਡੀਆ ਦੇ ਵਿੱਚ ਵੀ, ਨੈਸ਼ਨਲ ਮੀਡੀਆ ਦੇ ਵਿੱਚ ਵੀ ਕੰਟਰੋਵਰਸੀ ਛੇੜ ਦਿੰਦੇ ਹੈਗੇ ਆ। ਇਹ ਹਿੰਦੁੱਤਵਾ ਦਾ ਮੀਡੀਆ ਹੈ, ਤੇ ਹਿੰਦੁੱਤਵਾ ਇਹਨੂੰ ਕੰਟਰੋਲ ਕਰਦਾ ਹੈ, ਤੇ ਅਸੀਂ ਹਿੰਦੁੱਤਵਾ ਨੂੰ ਪੂਰੀ ਬਰਖਿਲਾਫੀ ਦੇ ਨਾਲ ਅਪੋਜ਼ ਕਰਦੇ ਹਾਂ, ਤੇ ਕੋਈ ਨਾ ਕੋਈ ਚੀਜ਼ ਇਹ ਲੱਭ ਲੈਂਦੇ ਹੈ। ਇਹਦੇ 'ਚ ਕੀ ਗੱਲ ਹੈ? ਹੁਣ ਜੇ
ਬੀਬੀ ਜੀ ਰੇਪ ਦੀਆਂ ਗੱਲਾਂ ਕਰੀ ਜਾਂਦੇ ਆ ਵਿਚਾਰੇ ਕਿਸਾਨਾਂ ਦੇ ਉੱਤੇ, ਤੇ ਕਿੱਥੇ ਹੋਇਆ ਫਸਾ ਇਹ ਰੇਪ? ਰੇਪ ਦੀ ਤਾਂ ਕੋਈ ਘਟਨਾ ਵੈਸੇ ਰਿਕਾਰਡ ਨਹੀਂ ਹੋਈ ਸੀ। ਕਿੱਥੇ ਕੀਤਾ ਉਹਨਾਂ ਨੇ ਰੇਪ ਕਿਸਾਨਾਂ ਨੇ? ਇਸ ਗੱਲ 'ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਿਮਰਨਜੀਤ ਮਾਨ ਸਾਹਿਬ, ਇਹ ਗੱਲ ਬੀਜੇਪੀ ਨੇ ਖੈਰ ਪੱਲਾ ਝਾੜ ਲਿਆ ਕੰਗਣਾ ਰਣੌਤ ਤੋਂ, ਕਿਉਂਕਿ ਰੇਪ ਦੀ ਕੋਈ ਘਟਨਾ ਹੋਈ ਨਹੀਂ ਸੀ। ਇਸ ਤਰ੍ਹਾਂ ਦੀ ਗੱਲ ਸੀਗੀ ਕਿ ਕੋਈ ਕਿਸਾਨਾਂ ਦਾ ਅੰਦੋਲਨ ਸੀ, ਬੀਜੇਪੀ ਨੇ ਪ੍ਰੈਸ ਬਰੀਫ ਵੀ ਜਾਰੀ ਕੀਤਾ ਇਹਦੇ ਉੱਪਰ। ਇੱਕ ਐਮਪੀ ਨੂੰ ਪੁੱਛ ਹੀ ਲੈਂਦਾ ਬੰਦਾ ਕਿ ਤੁਸੀਂ ਤਾਂ ਬਹੁਤ ਤਜਰਬੇਕਾਰ ਹੋ ਤੇ ਤੁਸੀਂ ਦੱਸੋ, ਤੁਹਾਨੂੰ ਤਜਰਬਾ ਬਹੁਤ ਹੈ ਰੇਪਸ ਦਾ, ਤੇ ਤੁਸੀਂ ਸਾਨੂੰ ਸਮਝਾਓ ਕਿ ਕਿੱਥੇ ਕਿੱਥੇ ਰੇਪ ਹੋਏ ਆ ਤੇ ਕਿਵੇਂ ਹੋਏ ਆ। ਪਰ ਇਸੇ ਚੀਜ਼ ਨੂੰ ਲੈ ਕੇ ਬੀਜੇਪੀ ਵੀ ਕਹਿ ਰਹੀ ਹੈ ਕਿ ਮਾਨ ਸਾਹਿਬ ਨੂੰ ਸਤਿਕਾਰ ਕਰਨਾ ਚਾਹੀਦਾ, ਧੀਆਂ ਭੈਣਾਂ ਸਾਰਿਆਂ ਦੀਆਂ ਇੱਕੋ ਜਿਹੀਆਂ ਹੁੰਦੀਆਂ, ਕਿ ਕੰਗਣਾ ਦੇ ਬਾਰੇ ਐਵੇਂ ਨਹੀਂ ਬੋਲਣਾ ਚਾਹੀਦਾ ਸੀ। ਬੇਸਿਕਲੀ ਇਹ ਬਿਆਨ ਆਉਣੇ ਸ਼ੁਰੂ ਹੋ ਗਏ ਤੁਹਾਡੇ ਉਸ ਬਿਆਨ ਤੋਂ ਬਾਅਦ। ਉਹ ਤਾਂ ਜ਼ਰੂਰ ਕਰਨਗੇ, ਪਰ ਇਹ ਕੰਨਿਆਂ ਜੀ ਕਿਉਂ ਰੇਪ ਦੀਆਂ ਗੱਲਾਂ ਕਰਦੇ ਵਿਚਾਰੇ ਕਿਸਾਨਾਂ ਦੇ ਉੱਤੇ? ਇਹ ਤਜਰਬਾ ਹੀ ਹੈ ਸਰਦਾਰ ਸਾਹਿਬ, ਤਾਂ ਹੀ ਕੀਤਾ ਨਾ। ਪਰ ਸਿਮਰਨਜੀਤ ਮਾਨ ਸਾਹਿਬ, ਜਿਸ ਤਰੀਕੇ ਨਾਲ ਇਹ ਬਿਆਨ, ਇੰਨੀ ਕੁ ਗੱਲ, ਇੰਨੀ ਕੁ ਕਲਿੱਪ ਕਿ ਤਜਰਬਾ ਰੇਪ ਦਾ ਤਜਰਬਾ, ਇਸੇ ਕਰਕੇ ਇਸੇ ਗੱਲ ਨੂੰ ਹੀ ਚੁੱਕ ਲਿਆ ਗਿਆ ਕਿ ਮਾਨ ਸਾਹਿਬ ਨੇ ਇਹ ਗੱਲ ਗਲਤ ਕਹੀ ਹੈ ਕਿ ਰੇਪ ਹੋਣਾ ਬਹੁਤ ਮੰਦਭਾਗੀ ਗੱਲ ਹੁੰਦੀ ਹੈ, ਕਿਸੇ ਦੇ ਨਾਲ ਐਵੇਂ ਦੀ ਘਟਨਾ ਨਾ ਹੋਵੇ, ਔਰ ਇਸੇ ਗੱਲ ਨੂੰ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਉਹਨੂੰ ਸ਼ਾਇਦ ਰੇਪ ਦਾ ਤਜਰਬਾ ਬਹੁਤ ਹੋਣਾ ਇਸੇ ਕਰਕੇ ਇਹ ਗੱਲ, ਜਾਂ ਤਾਂ ਸ਼ਾਇਦ ਤੁਸੀਂ, ਕਿਉਂਕਿ ਹੁਣ ਜਿਹੜੀ ਗੱਲ ਬਰੀਫ ਕੀਤੀ ਹੈ ਤੁਹਾਡੇ ਉਸ ਬਿਆਨ ਦੇ ਵਿੱਚ, ਇਹ ਐਡ ਆਨ ਨਹੀਂ ਸੀਗੀ ਗੱਲ। ਫਿਰ ਉਹ ਲੰਬਾ ਬਿਆਨ ਨਹੀਂ ਨਾ ਹੁੰਦਾ ਹੈਗਾ, ਪਰ ਹੁਣ ਜੇ ਕਿਸੇ ਨੂੰ ਰੇਪ ਦਾ ਤਜਰਬਾ ਹੈ ਉਹੀ ਗੱਲ ਕਰਦਾ ਨਾ। ਹੁਣ ਤੁਸੀਂ ਕਦੇ ਰੇਪ ਦੀ ਗੱਲ ਕੀਤੀ ਆ? ਮੈਂ ਕਦੇ ਕਿ ਜੇ ਤਜਰਬਾ ਹੋ ਜੇ ਤੇ ਬੰਦਾ ਫਿਰ ਉਸ ਤਜਰਬੇ ਨੂੰ ਦੱਸ ਦਿੰਦਾ ਹੈਗਾ ਤੇ ਲੋਕਾਂ ਨੂੰ ਮੱਤ ਆ ਜਾਂਦੀ ਹੈ ਕਿ ਇਹ ਇਸ ਤਰ੍ਹਾਂ ਹੁੰਦਾ ਰੇਪ। ਬੇਸਿਕਲੀ ਕਹਿਣ ਦਾ ਮਤਲਬ ਤੁਹਾਡਾ ਇਹ ਸੀਗਾ ਜਿਹੜੀ ਗੱਲ ਹੁਣ ਤੁਸੀਂ ਕਹਿ ਰਹੇ ਹੋ? ਹਾਂਜੀ, ਮੇਰਾ ਮਤਲਬ ਹੈ ਕਿ ਮੈਂ ਆਪਣਾ ਬਿਆਨ ਵਾਪਸ ਨਹੀਂ ਲੈ ਰਿਹਾ। ਮੈਂ ਤਾਂ ਇਹ ਇਨ ਡਿਫੈਂਸ ਕਿਸਾਨਾਂ ਦਾ ਤੇ ਸਿੱਖਾਂ ਦਾ ਇਹ ਡਿਫੈਂਡਰ ਹੋਣ ਦੇ ਨਾਤੇ ਇਹ ਗੱਲ ਕਰ ਰਿਹਾ ਕਿ ਜੇ ਕੋਈ ਵੀ ਸਿੱਖ ਨਹੀਂ ਬੋਲੂਗਾ, ਇਹੋ ਜਿਹੇ ਲੋਕਾਂ ਨੂੰ ਖੁੱਲੀ ਛੁੱਟੀ ਮਿਲ ਜੂਗੀ ਕਿ ਤੁਸੀਂ ਇਹੋ ਜਿਹੀਆਂ ਤੂਮਤਾਂ ਲਾਓ ਕਿਸਾਨਾਂ ਦੇ ਉੱਤੇ, ਵਿਚਾਰਿਆਂ ਦੇ ਉੱਤੇ, ਜਿਹੜੇ ਦਿਨ ਰਾਤ ਪਸੀਨਾ ਕੱਢ ਕੇ ਲਓ, ਕੱਢ ਕੇ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਆ। ਹੁਣ ਵੀ ਧਰਨੇ ਚ ਬੈਠੇ ਆ, ਪਰ ਉਹਨਾਂ ਨੇ ਆਪਣਾ ਝੋਨਾ ਲਾ ਤਾ, ਉਹਨਾਂ ਨੂੰ ਕਿਹੜਾ ਟਾਈਮ ਮਿਲਿਆ ਰੇਪ ਨੂੰ? ਇਹ ਤਾਂ ਇਹਦੇ ਉੱਤੇ ਕੇਸ ਕਿਸਾਨਾਂ ਨੂੰ ਕਰਨਾ ਚਾਹੀਦਾ, ਕੰਗਣਾ ਰਣੌਤ ਦੇ ਉੱਪਰ। ਹਾਂਜੀ, ਕੰਗਣਾ ਤੇ ਕੇਸ ਕਰਨਾ ਚਾਹੀਦਾ ਤੁਸੀਂ ਕਹਿ ਰਹੇ ਹੋ? ਹਾਂ, ਫਾਰਮਰਸ ਨੂੰ ਕਰਨਾ ਚਾਹੀਦਾ ਸੀ, ਇਹਨੇ ਕਿਹਾ ਕਿ ਫਾਰਮਰਸ ਰੇਪ ਕਰਦੇ ਆ। ਸੇਮ ਤੁਹਾਡੇ ਵਾਲੀ ਸਟੇਟਮੈਂਟ ਹੀ ਕਾਂਗਰਸ ਦੇ ਲੀਡਰਸ ਦੀ ਸੀ, ਉਹ ਕਹਿੰਦੇ ਕਿ ਕੰਗਣਾ ਤੇ NSA ਦੇ ਤਹਿਤ ਪਰਚਾ ਹੋਣਾ ਚਾਹੀਦਾ, ਨੈਸ਼ਨਲ ਸਿਕਿਉਰਿਟੀ ਐਕਟ ਲੱਗਣਾ ਚਾਹੀਦਾ। ਹਾਂ, ਤੇ ਫਿਰ ਮੈਂ ਇਸ ਦੇ ਹੱਕ ਚ ਤਾਂ ਨਹੀਂ ਹੈ ਕਿਸੇ ਦੇ ਖਿਲਾਫ਼ ਮੁਕੱਦਮਾ ਹੋਵੇ, ਪਰ ਮੇਰਾ ਮਤਲਬ ਕੰਗਣਾ ਜੀ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਤੇ ਇਹ MP ਬਣਨ ਤੋਂ ਪਹਿਲਾਂ ਵੀ ਕੰਟਰੋਵਰਸ਼ਲ ਫਿਗਰ ਸੀਗੇ, ਆਪਣੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੇ ਬਹੁਤ ਨੇੜਦੇ ਹੈਗੇ ਆ, ਇਹਨਾਂ ਨੂੰ ਟਿਕਟ ਨਹੀਂ ਸੀ ਦੇਣੀ ਚਾਹੀਦੀ ਕਿ ਇਹ ਫਿਰ ਕਮਲ ਪਾਉਣਗੇ ਪਾਰਲੀਮੈਂਟ ਚ ਜਾ ਕੇ ਫਜ਼ੂਲ ਗੱਲਾਂ ਕਰਨਗੇ।
ਹੁਣ ਆਹ ਕੋਈ ਗੱਲ ਹੈ ਕਿ ਇਹ ਬੰਗਲਾਦੇਸ਼ ਬਣ ਜੂਗਾ ਇਹ ਪੰਜਾਬ ਦੇ ਵਿੱਚ, ਤੇ ਫਿਰ ਸੰਤਾਂ ਦੀ ਗੱਲ ਕਰਤੀ, ਫਿਰ ਫਿਲਮ ਕੱਢਤੀ ਐਮਰਜੈਂਸੀ ਦੇ ਉੱਤੇ, ਆਪ ਇੰਦਰਾ ਗਾਂਧੀ ਬਣ ਗਈ। ਮੇਰਾ ਮਤਲਬ ਹੈ ਕਿ ਇਹ ਤਾਂ ਜਾਣ ਬੁੱਝ ਕੇ ਇੱਕ ਸਾਜਿਸ਼ ਹੈ ਬੀਜੇਪੀ ਤੇ ਆਰਐਸਐਸ ਦੀ, ਕਿ ਕਿਸੇ ਤਰ੍ਹਾਂ ਇਹੋ ਜਿਹੀ ਬੀਬੀ ਤੋਂ ਬਦਨਾਮ ਕਰਾਈਏ ਸਿੱਖਾਂ ਨੂੰ। ਵੈਸੇ ਮਾਨ ਸਾਹਿਬ, ਤੁਹਾਡਾ ਰਿਐਕਸ਼ਨ ਕੀ ਹੋਊਗਾ? ਫਿਲਮ ਐਮਰਜੈਂਸੀ ਦਾ ਟ੍ਰੇਲਰ ਵੀ ਆਇਆ, ਉਹਦੇ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਦਿਖਾਇਆ ਗਿਆ ਹੈ ਔਰ ਉਹਦੇ 'ਚ ਖਾਲਿਸਤਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਬੀਜੇਪੀ ਦੇ ਲੀਡਰ ਨੇ ਹਰਜੀਤ ਗਰੇਵਾਲ, ਉਹ ਕਹਿੰਦੇ ਕਿ ਕੰਗਣਾ ਰਣੌਤ ਨੂੰ ਇਹੋ ਜਿਹੇ ਬਿਆਨ ਵੀ ਨਹੀਂ ਦੇਣੇ ਚਾਹੀਦੇ, ਨਾਲ ਹੀ ਫਿਲਮ 'ਚ ਉਹਨਾਂ ਦੇ ਸੀਨ ਜਿਹਦੇ 'ਤੇ SGPC ਜਾਂ ਸਿੱਖਾਂ ਨੂੰ ਇਤਰਾਜ਼ ਹੋਵੇ ਉਹ ਕੱਟਣੇ ਚਾਹੀਦੇ ਹੈ। ਬੀਜੇਪੀ ਲੀਡਰਸ ਨੇ ਈਵਨ ਇਹ ਗੱਲ ਕੋਟ ਕੀਤੀ ਹੈ। ਮੈਂ ਤਾਂ ਅੱਜ ਕਿਹਾ ਕਿ ਇਹ ਮੇਰਾ ਬਿਆਨ ਇਹ ਹੈ ਕਿ ਇਸ ਬੀਬੀ ਜੀ ਦੀ ਸਿਕਿਉਰਿਟੀ ਵਧਾਓ, ਇਹਨਾਂ ਦੀ ਜੀਭ ਬਹੁਤ ਲੰਬੀ ਹੋ ਗਈ ਹੈ ਤੇ ਇਹਨਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ, ਤੇ ਇਹ ਚੰਗਾ ਹੋ ਜੇ ਇਹਨਾਂ ਦੀ ਸਿਕਿਉਰਿਟੀ ਜਿਵੇਂ ਪ੍ਰਾਈਮ ਮਿਨਿਸਟਰ ਦੀ ਹੈ ਉਸ ਲੈਵਲ ਦੀ ਹੋ ਜੇ, ਤੇ ਬੀਜੇਪੀ ਦੇ ਜਿਹੜੇ ਚੰਗੇ ਬੰਦੇ ਹੈਗੇ ਆ ਉਹ ਇਹਨਾਂ ਦੀ ਜ਼ਬਾਨ ਦੇ ਉੱਤੇ ਕੰਟਰੋਲ ਰੱਖਣ। ਠੀਕ ਹੈ ਮਾਨ ਸਾਹਿਬ, ਤੁਸੀਂ ਜਾਣਕਾਰੀ ਸਾਂਝੀ ਕੀਤੀ, ਆਪਣੇ ਬਿਆਨ ਨੂੰ ਲੈ ਕੇ ਵੀ ਤੁਸੀਂ ਐਕਸਪਲੇਨ ਕੀਤਾ, ਬਹੁਤ ਬਹੁਤ ਧੰਨਵਾਦ। ਪ੍ਰੋ ਪੰਜਾਬ ਟੀਵੀ ਨਾਲ ਜੁੜਨ ਦੇ ਲਈ ਥੈਂਕ ਯੂ। ਸਤਿ ਸ਼੍ਰੀ ਅਕਾਲ। ਤਾਂ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਸੀਗੇ, ਸਾਬਕਾ MP ਨੇ ਸੰਗਰੂਰ ਤੋਂ, ਔਰ ਉਹਨਾਂ ਨੇ ਇਹ ਗੱਲ ਕਹੀ ਕਿਉਂਕਿ ਬਿਆਨ ਉਹਨਾਂ ਦਾ ਕਾਫੀ ਚਰਚਾ ਦੇ ਵਿੱਚ ਛਿੜਿਆ ਹੋਇਆ, ਬਿਆਨ 'ਤੇ ਚਰਚਾ ਛਿੜੀ ਹੋਈ ਹੈ। ਸਿਮਰਨਜੀਤ ਸਿੰਘ ਮਾਨ ਹੁਣਾਂ ਨੇ ਜੋ ਬਿਆਨ ਦਿੱਤਾ ਤਾਂ ਉਹ ਕਹਿੰਦੇ ਕਿ ਕਿਸਾਨਾਂ ਬਾਰੇ ਜਦੋਂ ਅੰਦੋਲਨ 'ਚ ਬਿਆਨ ਦਿੱਤੇ ਕੰਗਣਾ ਰਣੌਤ ਵੱਲੋਂ, ਔਰ ਉਸ ਤੋਂ ਬਾਅਦ ਫਿਰ ਹੁਣ ਬਿਆਨ ਦਿੱਤੇ ਤਾਂ ਉਦੋਂ ਸਵਾਲ ਕਿਉਂ ਨਹੀਂ ਖੜੇ ਕੀਤੇ ਗਏ, ਕਿਉਂਕਿ ਉਦੋਂ ਕਿਹੜੀਆਂ ਰੇਪ ਦੀਆਂ ਘਟਨਾਵਾਂ ਹੋਈਆਂ, ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ, ਔਰ ਇਸੇ ਕਰਕੇ ਮੈਂ ਇਹ ਬਿਆਨ ਦਿੱਤਾ। ਪਰ ਉਹ ਸ਼ਾਰਟ ਲਿਸਟਡ ਬਿਆਨ ਸੀਗਾ, ਪਰ ਹੁਣ ਉਹ ਕਹਿੰਦੇ ਕਿ ਮੈਂ ਐਕਸਪਲੇਨ ਕਰ ਦਿੱਤੀ ਗੱਲ। ਇਹ ਬਿਆਨ, ਇਹ ਲੌਜਿਕ ਦਿੱਤਾ ਸਿਮਰਨਜੀਤ ਸਿੰਘ ਮਾਨ ਹੁਣਾਂ ਤੇ, ਇੰਨੇ ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਦੁੱਖ ਹੋਇਆ ਸਾਨੂੰ ਜਦੋਂ ਕਿ ਕਿਸਾਨਾਂ ਦੇ ਪ੍ਰਤੀ ਇਹੋ ਜਿਹੇ ਬਿਆਨ ਆਏ ਔਰ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ।